ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਹੈ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ 'ਚ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ। ਜੋ ਅੱਜ ਜੋ ਦੁਵਿਧਾ ਬਣੀ ਹੋਈ ਸੀ ਨਾ, ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਇਹ ਬਾਕੀ ਖੁਸ਼ੀ ਤਾਂ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾ ਦਿੱਤਾ, ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਹੀ ਇਹ ਖੁਸ਼ੀ ਹੋ ਰਹੀ ਸੀ। ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹਾ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ, ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ, ਉਹਨਾਂ 'ਤੇ ਵਿਰਾਮ ਲੱਗ ਗਈ। ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ, ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ, ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ, ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਹੈ। ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ, ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰਾ ਖਿਆਲ ਹੈ ਕਿ ਜਿਹੜੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ, ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਅ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ, ਇਹ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ, ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰ ਚੁੱਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਵੋ ਸੰਸਦ ਮੇਂ ਉਠਾਤੀ? ਜਿਹੜੀ ਨਹੀਂ, ਅਭੀ ਸੰਸਦ ਕਾ ਸੈਸ਼ਨ ਤੋਂ ਚੱਲ ਨਹੀਂ ਰਹਾ, ਲੇਕਿਨ ਮੇਰੇ ਕੋ ਲੱਗਤਾ ਹੈ ਕਿ ਜੋ ਵੀ ਉਹ, ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਵੇ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ, ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਨ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ 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 ਸਭ ਤੋਂ ਪਹਿਲੇ ਇਹਨਾਂ ਕੋਲ ਐਡਰੈਸ ਕੀਤਾ ਜਾਵੇ। ਅੱਜ ਭਾਈ ਸਾਹਿਬ ਹੁਣੀ ਸਹੁੰ ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਹੈ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ 'ਚ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ। ਜੋ ਅੱਜ ਜੋ ਦੁਵਿਧਾ ਬਣੀ ਹੋਈ ਸੀ ਨਾ, ਉਹ ਮੇਰੇ ਖਿਆਲ ਅੱਜ ਖਤਮ ਹੋ, ਬਾਕੀ ਖੁਸ਼ੀ ਤਾਂ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾ ਦਿੱਤਾ, ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਹੀ ਇਹ ਖੁਸ਼ੀ ਹੋ ਰਹੀ ਸੀ। ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹਾ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ, ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਅਫਵਾਹਾਂ ਫੈਲਾਈਆਂ ਜਾ ਰਹੀਆਂ ਸੀ, ਉਹਨਾਂ 'ਤੇ ਵਿਰਾਮ ਲੱਗ ਗਈ। ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ, ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ, ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ, ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਹੈ। ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ, ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰਾ ਖਿਆਲ ਹੈ ਕਿ ਜਿਹੜੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ, ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਅ
ਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ। ਇਹ ਕਿ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ, ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰਚਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਵੋ ਸੰਸਦ ਮੇਂ ਉਠਾਤੀ ਹੈ? ਜਿਹੜੀ ਨਹੀਂ, ਅਭੀ ਸੰਸਦ ਕਾ ਸੈਸ਼ਨ ਤੋ ਚੱਲ ਨਹੀਂ ਰਹਾ, ਲੇਕਿਨ ਮੇਰੇ ਕੋ ਲਗਤਾ ਹੈ ਕਿ ਜੋ ਵੀ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ, ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਮ ਜਿਹੜਾ ਬਹੁਤ ਵੱਡਾ ਮਸਲਾ ਹੈ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ, ਜੋ ਅੱਜ ਜੋ ਦੁਬਿਧਾ ਬਣੀ ਹੋਈ ਸੀ ਨਾ ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਬਾਕੀ ਖੁਸ਼ੀ ਤੇ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾਤਾ ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਇਹ ਖੁਸ਼ੀ ਹੋ ਰਹੀ ਸੀ, ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹੇ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਉਹਨਾਂ 'ਤੇ ਵਿਰਾਮ ਲੱਗ। ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ, ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ, ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ, ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਆ, ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਨੂੰ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰੇ ਖਿਆਲ ਹੈ ਕਿ ਜਿਹੜੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਹ ਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ। ਇਹ ਕਿ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ, ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰਚਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਵੋ ਸੰਸਦ ਮੇਂ ਉਠਾਤੀ ਹੈ? ਜਿਹੜੀ ਨਹੀਂ, ਅਭੀ ਸੰਸਦ ਕਾ ਸੈਸ਼ਨ ਤੋ ਚੱਲ ਨਹੀਂ ਰਹਾ, ਲੇਕਿਨ ਮੇਰੇ ਕੋ ਲਗਤਾ ਹੈ ਕਿ ਜੋ ਵੀ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ, ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਮ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ ਸਭ ਤੋਂ ਪਹਿਲੇ ਇਹਨਾਂ ਕੋਲ ਐਡਰੈਸ ਕੀਤਾ ਜਾਵੇ। ਅੱਜ ਭਾਈ ਸਾਹਿਬ ਹੁਣੀ ਸਹੁੰ ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਆ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ, ਜੋ ਅੱਜ ਜੋ ਦੁਬਿਧਾ ਬਣੀ ਹੋਈ ਸੀ ਨਾ ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਬਾਕੀ ਖੁਸ਼ੀ ਤੇ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾਤਾ ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਇਹ ਖੁਸ਼ੀ ਹੋ ਰਹੀ ਸੀ, ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹੇ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਉਹਨਾਂ 'ਤੇ ਵਿਰਾਮ ਲੱਗ। ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ?
ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਆ ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਨੂੰ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰੇ ਖਿਆਲ ਹੈ ਕਿ ਜਿਹੜੀ ਅਖਰੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਅ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ, ਇਹ ਕਿ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰਚਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਸੰਸਦ ਨੇ ਉਠਾਤੀ? ਜਿਹੜੀ ਨਹੀਂ, ਅਭੀ ਸੰਸਦ ਦਾ ਸੈਸ਼ਨ ਤੋਂ ਚੱਲ ਨਹੀਂ ਰਿਹਾ, ਲੇਕਿਨ ਮੇਰੇ ਕੋਲ ਲੱਗਦਾ ਕਿ ਜੋ ਵੀ ਉਹ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ ਜਿਹੜੇ ਫਿਲਹਾਲ, ਜਿਹੜੇ ਮੁੱਦੇ ਤੋਂ ਬਹੁਤ ਹੈ ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਮ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ ਸਭ ਤੋਂ ਪਹਿਲੇ ਇਹਨੂੰ ਕੋਈ ਅਡਰੈਸ ਕੀਤਾ ਜਾਵੇ। ਅੱਜ ਭਾਈ ਸਾਹਿਬ ਹੁਣੀ ਸਹੁੰ ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਆ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ 'ਚ ਜ਼ਿਆਦਾ ਖੁਸ਼ੀ ਆ, ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ, ਜੋ ਅੱਜ ਜੋ ਦੁਬਿਧਾ ਬਣੀ ਹੋਈ ਸੀ ਨਾ ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਬਾਕੀ ਖੁਸ਼ੀ ਤਾਂ ਚਲੋ ਉਦੋਂ ਤਾਂ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾਤਾ ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਹੀ ਇਹ ਖੁਸ਼ੀ ਹੋ ਰਹੀ ਸੀ, ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹੇ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਫਵਾਹਾਂ ਫੈਲਾਈਆਂ ਜਾ ਰਹੀਆਂ ਸੀ ਉਹਨਾਂ 'ਤੇ ਵਿਰਾਮ ਲੱਗ ਗਈ। ਜਿਵੇਂ ਇੱਕ ਮੌਕਾ ਮਿਲਿਆ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਆ ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ ਮੇਰੇ ਖਿਆਲ ਨੂੰ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰੇ ਖਿਆਲ ਹੈ ਕਿ ਜਿਹੜੀ ਅਖਰੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਅ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ, ਇਹ ਕਿ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰਚਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਉਹ ਸੰਸਦ ਨੇ ਉਠਾਤੀ? ਜਿਹੜੀ ਨਹੀਂ, ਅਭੀ ਸੰਸਦ ਦਾ ਸੈਸ਼ਨ ਤੋਂ ਚੱਲ ਨਹੀਂ ਰਿਹਾ, ਲੇਕਿਨ ਮੇਰੇ ਕੋਲ ਲੱਗਦਾ ਕਿ ਜੋ ਵੀ ਉਹ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਮ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ ਸਭ ਤੋਂ ਪਹਿਲੇ ਇਹਨੂੰ ਕੋਈ ਅਡਰੈਸ ਕੀਤਾ ਜਾਵੇ।
ਭਾਈ ਸਾਹਿਬ ਹੁਣੀ ਸਹੁੰ ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਆ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ। ਜੋ ਅੱਜ ਜੋ ਦੁਵਿਧਾ ਬਣੀ ਹੋਈ ਸੀ ਨਾ, ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਬਾਕੀ ਖੁਸ਼ੀ ਤਾਂ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾਤਾ, ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਇਹ ਖੁਸ਼ੀ ਹੋ ਰਹੀ ਸੀ। ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹੇ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ, ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਫਵਾਹਾਂ ਫੈਲਾਈਆਂ ਜਾ ਰਹੀਆਂ ਸੀ, ਉਹਨਾਂ 'ਤੇ ਵਿਰਾਮ ਲੱਗ ਗਈ। ਜਿਵੇਂ ਇੱਕ ਮੌਕਾ ਮਿਲਿਆ ਹੈ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ, ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ, ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ, ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਆ। ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ, ਮੇਰੇ ਖਿਆਲ ਨੂੰ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ, ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰੇ ਖਿਆਲ ਹੈ ਕਿ ਜਿਹੜੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ, ਕਿ ਉਹ ਆਪਣੇ ਇੱਕ ਜਿਹੜਾ ਉਹਨਾਂ ਨੇ ਬੜੇ ਚਾਅ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ, ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ, ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰ ਚੁੱਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਵੋ ਸੰਸਦ ਮੇਂ ਉਠਾਤੀ? ਜਿਹੜੀ ਨਹੀਂ, ਅਭੀ ਸੰਸਦ ਕਾ ਸੈਸ਼ਨ ਤੋ ਚੱਲ ਨਹੀਂ ਰਹਾ, ਲੇਕਿਨ ਮੇਰੇ ਕੋ ਲੱਗਤਾ ਹੈ ਕਿ ਜੋ ਵੀ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ, ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਆ ਇਹ ਹੀ ਆ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਦਾ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ 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 ਸਭ ਤੋਂ ਪਹਿਲੇ ਇਹਨਾਂ ਕੋਈ ਐਡਰੈਸ ਕੀਤਾ ਜਾਵੇ। ਅੱਜ ਭਾਈ ਸਾਹਿਬ ਹੁਣੀ ਸਹੁੰ ਚੁੱਕ ਜਾ ਰਹੇ ਨੇ, ਕਿਵੇਂ ਦੇਖਦੇ ਹੋ, ਕਿੰਨੀ ਖੁਸ਼ੀ ਆ ਪਰਿਵਾਰ 'ਚ? ਨਹੀਂ, ਪਰਿਵਾਰ ਨਾਲੋਂ ਮੇਰੇ ਖਿਆਲ ਸੰਗਤਾਂ 'ਚ ਜ਼ਿਆਦਾ ਖੁਸ਼ੀ ਆ। ਪਰਿਵਾਰ ਵੀ ਸੰਗਤਾਂ ਦੇ ਨਾਲ ਹੀ ਹੈ। ਜੋ ਅੱਜ ਜੋ ਦੁਵਿਧਾ ਬਣੀ ਹੋਈ ਸੀ ਨਾ, ਉਹ ਮੇਰੇ ਖਿਆਲ ਅੱਜ ਖਤਮ ਹੋ ਜਾਊਗੀ। ਇਹ ਬਾਕੀ ਖੁਸ਼ੀ ਤਾਂ ਚਲੋ ਉਦੋਂ ਤੇ ਲੋਕਾਂ ਨੇ ਜਦੋਂ ਵੋਟਾਂ ਪਾ ਕੇ ਜਿਤਾਤਾ, ਸਾਰੇ ਸਿੱਖ ਸੰਗਤ ਨੂੰ, ਸਾਰੇ ਦੁਨੀਆਂ 'ਚ ਇਹ ਖੁਸ਼ੀ ਹੋ ਰਹੀ ਸੀ। ਅਤੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਜਿਹੇ ਭੰਬਲ ਭੁੱਸਾ ਜਿਹਾ ਪਾਇਆ ਜਾ ਰਿਹਾ ਸੀ, ਉਹ ਸਹੁੰ ਚੁੱਕਣਗੇ ਨਹੀਂ ਚੁੱਕਣਗੇ, ਚੁਕਾਈ ਜਾਊ ਨਹੀਂ ਚੁਕਾਈ ਜਾਊਗੀ, ਉਹਨਾਂ ਦੀ ਮੈਂਬਰਸ਼ਿਪ ਖਾਰਜ ਹੋ ਜਾਊਗੀ, ਇੱਦਾਂ ਜਿਹੜੇ ਇਹੋ ਜਿਹੇ ਨੈਗੇਟਿਵ ਫਵਾਹਾਂ ਫੈਲਾਈਆਂ ਜਾ ਰਹੀਆਂ ਸੀ, ਉਹਨਾਂ 'ਤੇ ਵਿਰਾਮ ਲੱਗ ਗਈ। ਜਿਵੇਂ ਇੱਕ ਮੌਕਾ ਮਿਲਿਆ ਹੈ ਹੁਣ ਇਲਾਕੇ ਦੀ ਸੇਵਾ ਕਰਨ ਦਾ, ਕਿਹੜਾ ਵੱਡਾ ਮੁੱਦਾ ਰਹਿਣ ਵਾਲਾ ਇਲਾਕੇ ਵਾਸਤੇ, ਕਿਉਂਕਿ ਤੁਸੀਂ ਤਾਂ ਲਗਾਤਾਰ ਵਿਚਰਦੇ ਰਹੇ ਹੋ ਇਲੈਕਸ਼ਨ ਦੇ ਦੌਰਾਨ? ਇਹ ਨਸ਼ਿਆਂ ਦਾ ਸਭ ਤੋਂ ਵੱਡਾ ਕਰੰਟਲੀ ਮੁੱਦਾ ਵਾ ਜਿਹੜਾ ਸਾਡੇ ਸਾਹਮਣੇ ਆ, ਕਿ ਜਿਹੜੀ ਸਾਡੇ ਨੌਜਵਾਨ ਪਤਾ ਨਹੀਂ ਕਿੰਨੇ ਰੋਜ਼ ਸਾਡੇ ਹੱਥੋਂ ਨਿਕਲ ਰਹੇ ਆ। ਇਸ ਕਰਕੇ ਮੇਰੇ ਖਿਆਲ ਇਹ ਵੀ ਇਹ ਮੁੱਦਾ ਵੀ ਆ, ਅਤੇ ਜਿਹੜੇ ਸਾਡੇ ਪੁਰਾਣੇ ਮੁੱਦੇ ਚੱਲ ਰਹੇ ਆ, ਬੇਅਦਬੀ ਵਾਲਾ ਮਾਮਲਾ ਵਾ ਜਾਂ ਬੰਦੀ ਸਿੰਘ ਵਾਲਾ ਮਾਮਲਾ, ਇਹ ਵੀ ਸਾਡੇ ਜਿਹੜੇ ਨਾ ਬਹੁਤ ਇਸ ਸਿੱਖ ਮਨਾਂ 'ਚ ਇਸ ਚੀਜ਼ ਦਾ ਬੜਾ ਰੋਸ ਆ। ਅਤੇ ਇਸ ਕਰਕੇ ਮੇਰੇ ਖਿਆਲ ਸਰਕਾਰ ਨੂੰ, ਮੇਰੇ ਖਿਆਲ ਨੂੰ ਚੁੱਕਣ ਤੋਂ ਪਹਿਲਾਂ ਹੀ ਇਹ ਮਸਲੇ ਮੇਰੇ ਖਿਆਲ ਹੱਲ ਕਰ ਦੇਣੇ ਚਾਹੀਦੇ ਆ, ਕਿ ਲੋਕਾਂ ਦੀ ਇਹ ਬੜੀ ਡਿਮਾਂਡ ਹੈ। ਇਸ ਤੋਂ ਇਲਾਵਾ ਜਿਹੜੇ ਜਿਵੇਂ ਸ਼ਰਤਾਂ ਲਾਈਆਂ ਗਈਆਂ, ਦਿੱਲੀਓਂ ਬਾਹਰ ਨਹੀਂ ਜਾਣਾ, ਕੋਈ ਬਾਈਟ ਨਹੀਂ ਦੇਣੀ, ਮੀਡੀਆ ਨਾਲ ਨਹੀਂ ਮਿਲਣਾ, ਪਰਿਵਾਰਕ ਦੇ ਜਣ ਵੀ ਬਹੁਤ ਘੱਟ ਮਿਲ ਪਾਉਣਗੇ, ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ? ਨਹੀਂ, ਮੇਰਾ ਖਿਆਲ ਹੈ ਕਿ ਜਿਹੜੀਆਂ ਖਡੂਰ ਸਾਹਿਬ ਦੇ ਹਲਕੇ ਦੀਆਂ ਸੰਗਤਾਂ ਨਾਲ ਜਾਂ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡੀ ਬੇਇਨਸਾਫੀ ਆ, ਕਿ ਉਹ ਆਪਣੇ ਇੱਕ
ਜਿਹੜਾ ਉਹਨਾਂ ਨੇ ਬੜੇ ਚਾਅ ਮਲਾਰ ਨਾਲ ਇੱਕ ਨੇਤਾ ਨੂੰ ਇੰਨੀ ਵੋਟ ਪਾ ਕੇ ਜਿਤਾਇਆ ਕਿ ਉਹਦੇ ਉਹ ਮਿਲ ਨਾ ਸਕਣ ਜਾਂ ਉਹਦੇ ਨਾਲ ਕੋਈ ਗੱਲ ਨਾ ਕਰ ਸਕਣ, ਇਹ ਕਿ ਇੱਕ ਇਨਸਾਨੀਅਤ ਤੌਰ 'ਤੇ ਵੀ ਇਹ ਬੇਇਨਸਾਫੀ ਆ, ਅਤੇ ਦੂਸਰਾ ਸੰਵਿਧਾਨਕ ਤੌਰ 'ਤੇ ਵੀ ਜਿਹੜਾ ਉਹਨਾਂ ਦਾ ਲੋਕਾਂ ਦਾ ਹੱਕ ਆ ਉਹਨੂੰ ਖੋਇਆ ਜਾ ਰਿਹਾ। ਅਤੇ ਤੁਸੀਂ ਜਾ ਰਹੇ ਹੋ ਹੁਣ ਸਹੁੰਚਕ ਸਮਾਗਮ ਦੇ ਵਿੱਚ? ਹਾਂਜੀ, ਜਿੱਦਾਂ ਮੌਕਾ ਮਿਲੂਗਾ ਅਸੀਂ ਜਾਵਾਂਗੇ ਜੀ। ਸਰ, ਸੰਸਦ ਮੇਂ ਸ਼ਪਥ ਲੈਣੇ ਕੇ ਬਾਅਦ ਐਸਾ ਕੌਨ ਸਾ ਪਹਿਲਾ ਮੁੱਦਾ ਹੋਗਾ ਜੋ ਵੋ ਸੰਸਦ ਮੇਂ ਉਠਾਤੀ ਹੈ? ਜਿਹੜੀ ਨਹੀਂ, ਅਭੀ ਸੰਸਦ ਕਾ ਸੈਸ਼ਨ ਤੋ ਚੱਲ ਨਹੀਂ ਰਹਾ, ਲੇਕਿਨ ਮੇਰੇ ਕੋ ਲਗਤਾ ਹੈ ਕਿ ਜੋ ਵੀ ਅਗਰ ਕੋਈ ਉਹ ਸਪੀਕਰ ਸਾਹਿਬ ਨਾਲ ਕੋਈ ਉਹਨਾਂ ਦੀ ਗੱਲ ਹੋ ਸਕਦੀ ਹੋਊਗੀ, ਜੋ ਵੀ ਇਹ ਮੁੱਦੇ ਤੋਂ ਦੋਤੇ ਨਹੀਂ ਹੈ ਪੰਜਾਬ ਕੇ, ਜਿਹੜੇ ਫਿਲਹਾਲ ਜਿਹੜੇ ਮੁੱਦੇ ਤੋਂ ਬਹੁਤ ਹੈ, ਲੇਕਿਨ ਜਿਹੜੇ ਅਰਜੈਂਟ ਜਿਹੜੇ ਹੈ ਇਹ ਹੀ ਹੈ ਕਿ ਬੰਦੀ ਸਿੰਘਾਂ ਦਾ ਮਸਲਾ ਹੈ, ਬੇਅਦਬੀ ਦਾ ਮਸਲਾ ਹੈ, ਨੌਜਵਾਨੀ ਨਸ਼ਿਆਂ ਕਰਮ ਜਿਹੜਾ ਬਹੁਤ ਵੱਡਾ ਮਸਲਾ ਹੈ, ਅਤੇ ਇਹ 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 ਸਭ ਤੋਂ ਪਹਿਲੇ ਇਹਨੂੰ ਕੋਈ ਐਡਰੈਸ ਕੀਤਾ ਜਾਵੇ।